ਮੈਨੂੰ ਲੱਗਦਾ ਲੋਕਾਂ ਨੇ ਕਦੇ ਐਮੀ ਵਿਰਕ ਨੂੰ ਆਏ ਨਹੀਂ ਦੇਖਿਆ, ਹੈ ਨਾ। ਐਮੀ ਵਿਰਕ ਨੂੰ ਹਮੇਸ਼ਾ ਆਏ ਦੇਖਿਆ ਹੈ ਕਿ ਆ ਫਿਰ ਦੱਸ ਫਿਰ ਕਿਵੇਂ ਆ, ਹੈ ਨਾ, ਐਕਸ਼ਨ ਕਰਦੇ ਨੂੰ ਦੇਖਿਆ। ਪਹਿਲੀ ਵਾਰੀ ਐਕਸ਼ਨ, ਪਹਿਲੀ ਵਾਰੀ ਆਪਾਂ ਐਕਸ਼ਨ ਕੀਤਾ ਐਮੀ ਵਿਰਕ ਦੇ ਅਗੇਂਸਟ, ਪਰ ਐਮੀ ਨੇ ਨਹੀਂ ਗਾਉਣ ਦਿੱਤਾ ਮੈਨੂੰ। ਉਹਨੇ ਸੁਣ ਲਿਆ ਜੁੱਤੀਆਂ ਮਾਰ, ਤੂੰ ਤਾਂ ਜੀਨੀਅਸ ਨਿਕਲੀ ਆ, ਕਿਸੇ ਹਿਸਾਬ ਤੋਂ ਕੋਈ ਮੋਟਰਸਾਈਕਲ ਕਹਿ ਕੇ ਦਿਖਾਵੇ। ਸਾਰੇ ਮੈਨੂੰ ਇਹੀ ਪੁੱਛੀ ਜਾਂਦੇ ਤੇਰੀ ਇੰਨੀ ਆਵਾਜ਼ ਨਿਕਲ ਕਿੱਦਾਂ ਗਈ। ਹੁਣ ਇਹਦੀ ਮੰਮੀ ਕਹਿੰਦੀ ਹੈ ਕਿ ਹੁਣ ਤੇਰਾ ਵਿਆਹ ਨਹੀਂ ਹੋਣਾ ਪੁੱਤ, ਪਹਿਲਾਂ ਦੱਸ ਦਿੰਦੀ, ਟ੍ਰੇਲਰ ਤੋਂ ਪਹਿਲਾਂ ਕਰਾ ਦੇਣਾ ਸੀ, ਹੁਣ ਤਾਂ ਕਿਸੇ ਮੁੰਡੇ ਦੀ ਮਾਂ ਨੇ ਨਹੀਂ ਮੰਨਣਾ ਤੇਰੇ ਲਈ। ਤੂੰ ਕਰ ਲਾ ਸ਼ਰਮ ਨੀ ਕੁਫਰ ਤੋਲੀ ਦਾ, ਜਿੱਦਾਂ ਮਾਰਦੇ ਛੜੱਪੇ ਡੱਡੂ, ਟੱਪਦੀ ਤੂੰ ਹੌਂਕਣ ਸੌਂਕਣ ਸੌਂਕਣੇ ਸੌਂਕਣ ਸੌਂਕਣ, ਚੱਪੜੀ ਚ ਪਾਣੀ ਲੈ ਕੇ ਡੁੱਬ ਮਾਰ, ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ। ਅੱਜ ਭਈ ਅਸੀਂ ਤੁਹਾਨੂੰ ਬਹੁਤ ਪਿਆਰੀ ਜਿਹੀਆਂ ਕੁੜੀਆਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਡਾਇਲੋਗ ਫਿਲਮ ਦੇ ਇੰਨੇ ਜ਼ਿਆਦਾ ਹਿੱਟ ਹੋ ਰਹੇ ਨੇ ਕਿ ਬੱਚੇ ਵੀ ਉਹਨਾਂ ਡਾਇਲੋਗ ਦੇ ਉੱਪਰ ਸੌਂਕਣ ਸੌਂਕਣੇ ਸੌਂਕਣ ਸੌਂਕਣੇ ਕਰ ਕਰਕੇ ਬਣਾ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਸਰਵਨ ਤੇ ਨਿਮਰਤ। ਔਰ ਸੱਚੀ ਪਹਿਲੀ ਵਾਰ ਕਿਸੇ ਫਿਲਮ ਦੀ ਇੰਨੀ ਕਰੇਜ਼ ਯੂਥ ਦੇ ਵਿੱਚ, ਬੱਚਿਆਂ ਦੇ ਵਿੱਚ ਦੇਖੀ, ਉਹਦੇ ਲਈ ਬਹੁਤ ਬਹੁਤ ਵਧਾਈ। ਥੈਂਕ ਯੂ ਜੀ, ਆ ਸੁਣ ਕੇ ਵਧੀਆ ਲੱਗ ਰਿਹਾ, ਸਾਨੂੰ ਦਿਲ ਨੂੰ ਦਿਲਾਸਾ ਜਿਹਾ ਮਿਲ ਰਿਹਾ ਕਿ ਆਪਾਂ ਕੁਝ ਠੀਕ ਕਰ ਰਹੇ। ਮੈਂ ਨਾ ਸੱਚੀ ਦੇਖ ਰਹੀ ਸੀਗੀ, ਪ੍ਰੋਡਿਊਸਰ ਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ, ਯੂ ਆਰ ਈਟਿੰਗ ਯੋਰ ਫੂਡ ਐਂਡ ਉਸ ਵੇਲੇ ਵੀ ਫੋਨਸ, ਟੈਨਸ਼ਨਸ ਟੈਨਸ਼ਨਸ ਟੈਨਸ਼ਨ, ਜ਼ਿੰਦਗੀ ਦੇਖ ਲਓ, ਖਾਣਾ ਵੀ ਨਹੀਂ ਖਾਣ ਦਿੰਦੇ। ਬਟ ਮੈਨੂੰ ਲੱਗਦਾ ਜਿਵੇਂ ਉਹਦਾ ਆਊਟਪੁੱਟ ਆ ਰਿਹਾ ਨਾ, ਬਹੁਤ ਖੂਬਸੂਰਤ ਆ ਰਿਹਾ ਹੈਗਾ। ਪੈਸਾ ਵੀ ਤਾਂ ਕਰੇ ਜੇ ਆਏ ਤਾਂ। ਮੈਨੂੰ ਲੱਗਦਾ ਲੋਕਾਂ ਨੇ ਕਦੇ ਐਮੀ ਵਿਰਕ ਨੂੰ ਆਏ ਨਹੀਂ ਦੇਖਿਆ, ਹੈ ਨਾ। ਐਮੀ ਵਿਰਕ ਨੂੰ ਹਮੇਸ਼ਾ ਆਏ ਦੇਖਿਆ ਕਿ ਆ ਫਿਰ ਦੱਸ ਫਿਰ ਕਿਵੇਂ ਆ, ਹੈ ਨਾ, ਐਕਸ਼ਨ ਕਰਦੇ ਨੂੰ ਦੇਖਿਆ। ਪਹਿਲੀ ਵਾਰੀ ਐਕਸ਼ਨ, ਪਹਿਲੀ ਵਾਰੀ ਆਪਾਂ ਐਕਸ਼ਨ ਕੀਤਾ ਐਮੀ ਵਿਰਕ ਦੇ ਅਗੇਂਸਟ, ਤਾਂ ਮੈਨੂੰ ਲੱਗਦਾ ਤਾਂ ਕਰਕੇ ਲੋਕਾਂ ਨੂੰ ਲੱਗ ਰਿਹਾ ਕਿ ਕੁਛ ਨਵਾਂ ਹੈ। ਅੱਛਾ, ਮੈਂ ਇੱਕ ਹੋਰ ਚੀਜ਼ ਹੈ, ਬੈਂਗਣ ਬਤਾਊ, ਹੈ ਨਾ, ਬੱਕਰੀ ਮੱਸੀ ਟਟੀਰੀ, ਇਹ ਕੁਛ ਖਵਾਇਆ ਵੀ ਸੀ ਵਿਚਾਰੇ ਨੂੰ, ਰੋਟੀ ਦਿੱਤੀ ਵੀ ਸੀ ਕਿ ਗੱਲਾਂ ਨਾਲ ਹੀ ਸਾਰਤਾ ਸੀ। ਐਂਡ ਚ ਤਾਂ ਉਹ ਜਦੋਂ ਤੁਸੀਂ 13 ਨੂੰ ਦੇਖੋਗੇ ਫਿਲਮ, ਉਹ ਸੀਨ ਦਾ ਜਿਹੜਾ ਤੁਸੀਂ ਸੀਨ ਦੀ ਗੱਲ ਕਰ ਰਹੇ ਹੋ, ਤੁਹਾਨੂੰ ਪਤਾ ਲੱਗ ਜਾਏਗਾ ਕੀ ਖਵਾਇਆ ਸੀ। ਜਦੋਂ ਵੀ ਤੁਹਾਡੇ ਗੀਤਾਂ ਦੀ ਗੱਲ ਆਉਂਦੀ ਹੈ ਜਾਂ ਤੁਹਾਡੇ ਪਿੱਛੇ ਕੰਮ ਦੀ ਗੱਲ ਆਉਂਦੀ ਹੈ, ਸਾਰਿਆਂ ਨੂੰ ਸੀਗਾ ਨਾ ਤੀਜਾ ਪੰਜਾਬ ਤੋਂ ਬਾਅਦ ਕਿ ਹਾਂ ਨਿਮਰਤ ਦਾ ਥੋੜ੍ਹਾ ਇੱਕ ਅਲੱਗ ਸਟਾਈਲ ਦੇਖਣ ਨੂੰ ਮਿਲਿਆ, ਔਰ ਜਦੋਂ ਅਸੀਂ ਇਹ ਟ੍ਰੇਲਰ ਦੇਖਿਆ ਸੀ ਕਿਹਾ ਵਾਓ ਨਿਮਰਤ ਇਹ ਵੀ ਕੁਛ ਕਰ ਸਕਦੇ ਨੇ। ਸੋ ਨਿਮਰਤ ਜਦੋਂ ਫੈਮਿਲੀ ਨੇ ਟ੍ਰੇਲਰ ਦੇਖਿਆ, ਜਦੋਂ ਡਾਇਲੋਗ ਸੀ ਜੋ ਜ਼ਿਆਦਾ ਕੀਤੀ ਨਾ ਗੋਡਿਆਂ ਦਾ ਚੱਕ ਲੈਣੀ, ਕਰਦਿਆਂ ਦਾ ਕੀ ਰਿਐਕਸ਼ਨ ਸੀਗਾ? ਸਾਰੇ ਮੈਨੂੰ ਇਹੀ ਪੁੱਛੀ ਜਾਂਦੇ ਤੇਰੀ ਇੰਨੀ ਆਵਾਜ਼ ਨਿਕਲ ਕਿੱਦਾਂ ਗਈ। ਹੁਣ ਇਹਦੀ ਮੰਮੀ ਕਹਿੰਦੀ ਹੈ ਕਿ ਹੁਣ ਤੇਰਾ ਵਿਆਹ ਨਹੀਂ ਹੋਣਾ ਪੁੱਤ, ਪਹਿਲਾਂ ਦੱਸ ਦਿੰਦੀ, ਟ੍ਰੇਲਰ ਤੋਂ ਪਹਿਲਾਂ ਕਰਾ ਦੇਣਾ ਸੀ, ਹੁਣ ਤਾਂ ਕਿਸੇ ਮੁੰਡੇ ਦੀ ਮਾਂ ਨੇ ਨਹੀਂ ਮੰਨਣਾ ਤੇਰੇ ਲਈ, ਹੁਣ ਇਹਨੂੰ ਸੱਸ ਨਹੀਂ ਲੱਭਦੀ। ਨਹੀਂ ਨਹੀਂ ਬਟ ਪਿਆਰੀ ਬਹੁਤ ਹੈ ਸਾਡੀ ਨਿਮਰਤ, ਨਿੰਮੋ ਹੈ ਨਾ, ਉਹ ਕਿੰਨਾ ਪਿਆਰ ਦਿੰਦੀ। ਆਏ ਆਏ ਜੀ ਨਹੀਂ ਹੈ ਜੀ, ਭੈਣ ਜੀ ਜਿਹੜੇ ਵੀ ਆ ਦੇਖ ਰਹੇ ਨੇ, ਹੈ ਨਾ, ਕੁੜੀ ਵੈਸੇ ਸਾਊ ਆ, ਤੁਹਾਡੇ ਨਾਲ ਇਹੋ ਜਿਹਾ ਨਹੀਂ ਕਰੂਗੀ। ਬਸ ਤੱਕ ਹੀ ਕਰੂਗੀ, ਬਸ ਤੱਕ ਹੀ ਕਰੂਗੀ ਯਾਰ। ਫਿਰ ਭੜਕਾਇਆ ਵੀ ਜਾ ਰਿਹਾ, ਫਿਰ ਡਿਪਲੋਮੈਸੀ ਵੀ ਆ ਰਹੀ ਹੈ, ਫਿਰ ਜੁੰਡੇ ਪੱਟਣ ਵਾਲੀ ਲੜਾਈ ਵੀ ਆ ਰਹੀ ਹੈ। ਉਹ ਜਦੋਂ ਜੁੰਡੇ ਪੱਟਣ ਵਾਲਾ ਸੀਨ ਅਮਰਜੀਤ ਨੇ ਕਿਹਾ ਕਿ ਹਾਂ ਇਹ ਸੀਨ ਕਰ ਰਹੇ ਹੋ, ਕਿੰਨੇ ਰੀਟੇਕ ਸੀਗੇ ਔਰ ਬਲ ਕਿੱਦਾਂ? ਕੋਈ ਰੀਟੇਕ ਨਹੀਂ, ਰੀਟੇਕ ਨਹੀਂ, ਪ੍ਰੋਫੈਸ਼ਨਲ। ਉਹਨੇ ਕੱਟ ਗਿਆ ਹੋਣਾ, ਆਪਾਂ ਜ਼ਿਆਦਾ ਪੱਟਦੇ ਹੋਣੇ। ਕਿਹੜੀ ਅਸੀਂ ਕੁੰਦਰਾ ਜੀ ਜਿਹੜੀ ਕਹਿੰਦੀ ਸੀ ਆਉਂ ਕੱਟ ਹੀ, ਕੋਈ ਗੁੰਦਗੰਦ ਗੁੰਦਗ ਨਹੀਂ ਸੀ, ਪਰ ਸਾਰੇ ਕਹਿ ਰਹੇ ਸੀਗੇ ਨਾ। ਅੰਬਰ ਸਰ ਨੇ ਕਿੰਨੀ ਵਾਰੀ ਕਿਹਾ, ਕਿੰਨੀ ਕੁ ਵਾਰੀ, ਅੰਦਰ ਤੁਹਾਡੇ ਦਿਲ ਦੇ ਅੰਦਰ ਕਿਹੜੀ ਐਸੀ ਖੁੰਦਕ ਸੀ ਜਾਂ ਕਿਹੜੀ ਐਸੀ ਉਹ ਸੀ ਤੁਸੀਂ ਇੱਕ ਦੂਸਰੇ ਉੱਤੇ ਕੱਢ ਰਹੇ ਹੋ ਗੁੱਸਾ? ਆਪਾਂ ਤਾਂ ਮਜ਼ੇ ਕਰ ਰਹੇ ਸੀ, ਸਾਨੂੰ ਤਾਂ ਮਜ਼ਾ ਹੀ ਬਹੁਤ ਆ ਰਿਹਾ ਸੀ। ਸਾਨੂੰ ਕਿਸੇ ਨੇ ਪਹਿਲੀ ਵਾਰੀ ਕਿਹਾ ਆਏ ਖੁੱਲ ਕੇ ਲੜੋ, ਤੁਹਾਨੂੰ ਪੈਸੇ ਮਿਲਣਗੇ, ਮੈਂ ਕਿਹਾ ਓਕੇ ਡਨ ਕਰ ਲੈਂਦੇ। ਮਤਲਬ ਮੈਨੂੰ ਮਿਲ ਨਹੀਂ ਰਹੇ ਸੀ, ਮੈਨੂੰ ਆਏ ਫੀਲ ਆ ਰਹੀ ਸੀ ਕਿ ਮੈਨੂੰ ਮਿਲ ਰਿਹਾ। ਜਿਹੜੇ ਫੈਨਸ ਨੇ ਜਿਹੜੇ ਤੁਹਾਨੂੰ ਚਾਹਣ ਵਾਲੇ ਨੇ,
ਰਿਜ਼ਲਟ ਦੇ ਉੱਪਰ ਤੁਹਾਨੂੰ ਦੇਖ ਕੇ ਦੈਟ ਮੈਡਲਸ ਆਰ ਅ ਵੈਰੀ ਸਪੈਸ਼ਲ ਫੋਰ ਯੂ ਹੈ ਨਾ ਜਿਹੜੇ ਵੈਰੀ ਵੈਰੀ ਸਪੈਸ਼ਲ ਲੋਕਾਂ ਨੂੰ ਤੁਹਾਡੇ ਕੰਮ ਦੀ ਉਡੀਕ ਰਹਿੰਦੀ ਹੈ ਵੈਲ ਪੰਜਾਬੀ ਇੰਡਸਟਰੀ ਦੇ ਵਿੱਚ ਬੇਹਦ ਘੱਟ ਐਸੇ ਕਨਸੈਪਟ ਆਉਂਦੇ ਨੇ ਜਿਹੜੇ ਔਰਤਾਂ ਦੇ ਇਰਦ ਗਿਰਦ ਘੁੰਮਦੇ ਰਹਿੰਦੇ ਨੇ ਹੁਣ ਮੈਨੂੰ ਲੱਗਦਾ ਇਹ ਟ੍ਰੇਲਰ ਦੇਖਣ ਤੋਂ ਬਾਅਦ ਮੈਨੂੰ ਲੱਗ ਰਿਹਾ ਸੀਗਾ ਕਿ ਵਿਮੈਨਸ ਦਾ ਜਿਹੜਾ ਰੋਲ ਹੈਗਾ ਬਹੁਤ ਜ਼ਿਆਦਾ ਪਾਵਰਫੁਲ ਵੀ ਦਿਖਾਇਆ ਜਾ ਰਿਹਾ ਔਰ ਬਹੁਤ ਸਾਰੇ ਰਿਸ਼ਤਿਆਂ ਨੂੰ ਜੋੜਨ ਵਾਲੀ ਤੰਦ ਵੀ ਹੈਗੀ ਔਰ ਐਂਡ ਦੇ ਵਿੱਚ ਆਈ ਨੋ ਸਰਗੁਣ ਮਹਿਤਾ ਦੀ ਫਿਲਮ ਹੈ ਕੁਛ ਵੱਖਰਾ ਟਵਿਸਟ ਆਊਗਾ ਲੋਕਾਂ ਨੂੰ ਬਹੁਤ ਸਾਰੀ ਇਹ ਮੈਸੇਜਿਸ ਜਾਣਗੇ ਬਟ ਸਰਗੁਣ ਬੀਂਗ ਅ ਪ੍ਰੋਡਿਊਸਰ ਇਹ ਕਨਸੈਪਟ ਦੇ ਉੱਪਰ ਵਰਕਆਊਟ ਕਰਨਾ ਕਿੰਨਾ ਕੁ ਔਖਾ ਹੋ ਗਿਆ ਸੀਗਾ ਜਾਂ ਜਦ ਇਸ ਫਿਲਮ ਨੂੰ ਪ੍ਰੋਸੀਜਰ ਦੇ ਵਿੱਚ ਲਿਆ ਜਾ ਰਿਹਾ ਸੀ ਕਿਹੜੇ ਥੋਟ ਸੀਗੇ ਦੈਟ ਹਾਂ ਇਹ ਕਨਸੈਪਟ ਪੰਜਾਬੀ ਸਿਨੇਮਾ ਨੂੰ ਦੇਣਾ ਚਾਹੀਦਾ ਐਕਚੁਲੀ ਜਦੋਂ ਪਹਿਲੀ ਵਾਰੀ ਮੈਂ ਆਹ ਫਿਲਮ ਸੁਣੀ ਅੰਬਰਦੀਪ ਸਿੰਘ ਸਾਨੂੰ ਆਹ ਫਿਲਮ ਮੈਨੂੰ ਕਿਸੇ ਹੋਰ ਹੀਰੋ ਨਾਲ ਸੁਣਾਉਣ ਆਇਆ ਸੀ ਬਟ ਆਪਾਂ ਉਦੋਂ ਉਸ ਹੀਰੋ ਨਾਲ ਆਹ ਫਿਲਮ ਨਹੀਂ ਕਰਕੇ ਕੋਈ ਹੋਰ ਕੀਤੀ ਅਤੇ ਮੇਰੇ ਦਿਮਾਗ 'ਚ ਆ ਕਨਸੈਪਟ ਬਹਿ ਗਿਆ ਸੀ ਅਤੇ ਜਦੋਂ ਆਪਾਂ ਦੂਜੀ ਵਾਲੀ ਫਿਲਮ ਦੇ ਸ਼ੂਟ 'ਤੇ ਸੀ ਮੈਂ ਅੰਬਰ ਨੂੰ ਕਿਹਾ ਮੈਂ ਕਿਹਾ ਮੈਂ ਫਿਲਮ ਕਰਨੀ ਆ ਤੂੰ ਡਾਇਰੈਕਟ ਕਰ ਕਹਿੰਦਾ ਕਿ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਅੱਗੇ ਆਹ ਕਰ ਰਿਹਾ ਮੈਂ ਕਿਹਾ ਓਕੇ ਮੇਰੇ ਦਿਮਾਗ 'ਚ ਖਟਕਦੀ ਰਹੀ ਫਿਰ ਮੈਂ ਅਮਰ ਨੂੰ ਕਿਹਾ ਮੈਂ ਕਿਹਾ ਅੰਬਰਦੀਪ ਦੇ ਕੋਲ ਇੱਕ ਸਕ੍ਰਿਪਟ ਆ ਤੂੰ ਸੁਣੇਗਾ ਅਤੇ ਅਮਰ ਨੂੰ ਵੀ ਅੰਬਰ ਦਾ ਕੰਮ ਬਹੁਤ ਪਸੰਦ ਆ ਅਤੇ ਅੰਬਰ ਨੂੰ ਵੀ ਅਮਰ ਦਾ ਕੰਮ ਬਹੁਤ ਪਸੰਦ ਸੀ ਹੈ ਨਾ ਤਾਂ ਮੈਂ ਦੋਨਾਂ ਨੂੰ ਮਿਲਾਇਆ ਅਤੇ ਦੋਵਾਂ ਨੂੰ ਠੀਕ ਲੱਗੀ ਗੱਲਬਾਤ ਕਹਿੰਦਾ ਠੀਕ ਆ ਅਮਰ ਵਧੀਆ ਕਰੂਗਾ ਅਤੇ ਅਮਰ ਕਹਿੰਦਾ ਬਹੁਤ ਵਧੀਆ ਕਨਸੈਪਟ ਆਪਾਂ ਕਰਦੇ ਹਾਂ ਕਰਦੇ ਕਰਾਉਂਦੇ ਨੂੰ ਫਿਰ ਆਪਾਂ ਲੱਭ ਗਏ ਕਿ ਮੁੰਡਾ ਕੌਣ ਹੋਊਗਾ ਹੈ ਨਾ ਫਿਰ ਆਪਾਂ ਐਮੀ ਵਿਰਕ 'ਤੇ ਆਏ ਕਿ ਐਮੀ ਵਿਰਕ ਵਧੀਆ ਮਤਲਬ ਸਾਡੀ ਜੋੜੀ ਵੀ ਨਾਲ ਜੱਚਦੀ ਆ ਅਤੇ ਨਾਲ ਹੀ ਮੈਨੂੰ ਸੀ ਕਿ ਯਾਰ ਆਪਾਂ ਹਮੇਸ਼ਾ ਜਦੋਂ ਮੈਨੂੰ ਤਾਂ ਐਮੀ ਵਿਰਕ ਨੂੰ ਦੇਖਦਾ ਰੋਂਦੇ ਹੀ ਦੇਖਦੇ ਹਾਂ ਕਦੇ ਹੱਸਦਾ ਵੀ ਦੇਖ ਲਈਏ ਹੈ ਨਾ ਕਿ ਕੁਛ ਨਵਾਂ ਹੋ ਜੂਗਾ ਜੋੜੀ ਵਾਈਜ਼ ਵੀ ਫਿਰ ਜਦੋਂ ਕੁੜੀ ਦੀ ਗੱਲ ਆਈ ਮੇਰੇ ਦਿਮਾਗ 'ਚ ਤਾਂ ਪਹਿਲਾ ਖਿਆਲ ਨਿਮਰਤ ਖੈਰ ਆਈ ਸੀ ਮੈਂ ਪਹਿਲੀ ਗੱਲ ਹੀ ਨਿਮਰਤ ਕਹੀ ਅਮਰ ਨੇ ਵੀ ਮੈਨੂੰ ਕਿਹਾ ਹਾਂਜੀ ਕਹਿੰਦਾ ਮੈਂ ਵੀ ਨਿਮਰਤ ਹੀ ਸੋਚਦਾ ਸੀ ਅਤੇ ਫਿਰ ਆਪਾਂ ਸਾਰਿਆਂ ਨੇ ਜਦੋਂ ਬਹਿ ਕੇ ਡਿਸਕਸ ਕੀਤਾ ਨਿਮਰਤ ਵਾਸ ਫਾਈਨਲਾਈਜ਼ ਬਟ ਅਬ ਮਤਲਬ ਫਿਲਮ ਨੇ ਸੱਚੀ ਬਹੁਤ ਅਪ ਐਂਡ ਡਾਊਨ ਵੀ ਦੇਖਿਆ ਮੈਨੂੰ ਇੱਕ ਟਾਈਮ 'ਤੇ ਤਾਂ ਲੱਗਿਆ ਸੀ ਨਹੀਂ ਬਣੂਗੀ ਆ ਫਿਲਮ ਹੈ ਨਾ ਜਿਸ ਹਿਸਾਬ ਨਾਲ ਸਾਡਾ ਕੰਮ ਚੱਲਦਾ ਸੀ ਬਟ ਫਿਰ ਲੋਕਡਾਊਨ ਹੋ ਗਿਆ ਜਦੋਂ ਆਪਾਂ ਸ਼ੁਰੂ ਕਰਨ ਲੱਗੇ ਲੋਕਡਾਊਨ ਹੋ ਗਿਆ ਲੋਕਡਾਊਨ ਤੋਂ ਬਾਅਦ ਫਿਰ ਆਪਾਂ ਫਿਲਮ ਦੁਬਾਰਾ ਸ਼ੁਰੂ ਕੀਤੀ ਉਹਦੇ 'ਚ ਕਾਫੀ ਪੈਸਾ ਵੀ ਖਰਾਬ ਹੋ ਗਿਆ ਸੀ ਹੈ ਨਾ ਕਿਉਂਕਿ ਆਪਾਂ ਸਾਡੇ ਸੈੱਟ ਸੁੱਟ ਸਾਰਾ ਕੁਛ ਪੈਸੇ ਜਾ ਚੁੱਕੇ ਸੀ ਅਤੇ ਮੈਨੂੰ ਬਹੁਤ ਟੈਨਸ਼ਨ ਸੀ ਹੁਣ ਮੈਨੂੰ ਜਦੋਂ ਫਿਲਮ ਲੱਗਦਾ ਕਿ ਹੁਣ ਥੀਏਟਰ 'ਚ ਲੱਗ ਜੂਗੀ ਹੁਣ ਲੱਗਦਾ ਕਿ ਹਾਂ ਯਾਰ ਠੀਕ ਆ ਲੋਕ ਪਸੰਦ ਕਰ ਰਹੇ ਨੇ ਨਿਮਰਤ ਤੁਹਾਡੀ ਪਰਸਨੈਲਿਟੀ ਤੋਂ ਬਿਲਕੁਲ ਓਪੋਜ਼ਿਟ ਕਰੈਕਟਰ ਹੈਗਾ ਹੈ ਨਾ ਸਰਗੁਣ ਦੇ ਦਿਮਾਗ ਦੇ ਵਿੱਚ ਤਾਂ ਫਸਟ ਚੋਇਸ ਤੁਸੀਂ ਸੀਗੀ ਤਾਂ ਉਹਨਾਂ ਨੇ ਤੁਹਾਨੂੰ ਫਿਲਮ ਦੇ ਵਿੱਚ ਵੀ ਲਿਆ ਬਟ ਜਦ ਤੁਹਾਡੇ ਕੋਲ ਸਕ੍ਰਿਪਟ ਆਈ ਹੈ ਨਾ ਬੜਾ ਕੱਬਾ ਜਿਹਾ ਕਿਰਦਾਰ ਨਿਭਾਉਣਾ ਹੈ ਡਾਢੀ ਕੁੜੀ ਲੜਾਕੀ ਕੁੜੀ ਕਿਹੜੇ ਕਿਹੜੇ ਚੇਂਜਿਸ ਕਰੈਕਟਰ ਦੇ ਵਿੱਚ ਆਉਣ ਲਈ ਆਪਣੇ ਆਪ ਵਿੱਚ ਨਹੀਂ ਐਸ ਸੱਚ ਕੋਈ ਚੇਂਜ ਨਹੀਂ ਲਿਆਉਂਦਾ ਸੈੱਟ ਦੇ ਉੱਪਰ ਜਿਵੇਂ ਅਮਰ ਜੀ ਨੇ ਜਾਂ ਅੰਬਰ ਜੀ ਨੇ ਕਿਹਾ ਉਵੇਂ ਉਵੇਂ ਮੈਂ ਪਰਫੋਰਮ ਕੀਤਾ ਅਤੇ ਇਸੇ ਕਰਕੇ ਮੈਂ ਕਰੀ ਸੀ ਇਹ ਫਿਲਮ ਕਿ ਮੇਰੀ ਇਮੇਜ ਤੋਂ ਅੱਡ ਸੀਗੀ ਅਤੇ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇੱਕੋ ਤਰ੍ਹਾਂ ਦਾ ਮੈਂ ਜਿਵੇਂ ਜੋ ਜੋੜੀ 'ਚ ਕਰਿਆ ਸੀ ਉਹੀ ਇਹਦੇ 'ਚ ਕਰਦੀ ਕਿਉਂਕਿ ਇਹੀ ਦੋ ਮੇਰੀਆਂ ਫਿਲਮਾਂ ਉਦੋਂ ਹੋਈਆਂ ਹੋਈਆਂ ਸੀ ਇੱਕ ਜੋੜੀ ਹੋਈ ਹੋਈ ਸੀ ਅਤੇ ਤਾਂ ਕਰਕੇ ਮੈਂ ਕਰਿਆ ਸੀ ਵੀ ਅੱਡ ਓਕੇ ਸੋ ਹੁਣ ਆਪਾਂ ਇੱਕ ਛੋਟੀ ਜਿਹੀ ਗੇਮ ਖੇਡਦੇ ਹਾਂ ਬਲੈਕ ਬੋਰਡ ਆ ਗਿਆ ਚੌਕ ਆ ਕੇ ਡਸਟਰ ਆ ਗਿਆ ਸੋ ਇਹ ਹੈਗੇ ਜੀ ਮਤਲਬ ਦਮਸ਼ਰਾਜ ਤੁਸੀਂ ਖੇਡਿਆ ਹੀ ਹੋਏਗਾ ਬਚਪਨ ਦੇ ਵਿੱਚ ਤਾਂ ਦਮਸ਼ਰਾਜ ਆਪਾਂ ਐਕਟ ਕਰਦੇ ਹਾਂ ਨਾ ਆਪਾਂ ਨੇੜੇ ਨੇੜੇ ਬਹੁਤ ਬੈਠੇ ਹਾਂ ਸੋ ਤੁਹਾਨੂੰ ਮੈਂ ਲਿਖਣਾ ਤੁਸੀਂ ਡਰਾ ਕਰਨਾ ਓ ਓਕੇ ਪਿਕਸ਼ਨਰੀ 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 ਤੁਹਾਨੂੰ ਪਿਕਸ਼ਨਰੀ ਡਰਾ ਕਰਨਾ ਔਰ ਈਜ਼ੀ ਇਹ ਹੈਗਾ ਕਿ ਫਿਲਮਸ ਤੁਹਾਡੀਆਂ ਹੀ ਓਕੇ ਕੀ ਪਤਾ ਤੁਹਾਨੂੰ ਤੁਹਾਡੀ ਫਿਲਮ ਆ ਜੇ ਔਰ ਮੈਂ ਕਿਸਮਤ 'ਚ ਕੀ ਬਣਾਉਂਗੀ ਤੇ ਤੁਸੀਂ ਉਹਨਾਂ ਨੂੰ ਦੱਸਣਾ ਮੈਂ ਬਣਾ ਕੇ ਦਿਖਾਣਾ ਨੋ ਚੀਟਿੰਗ ਮੈਨੂੰ ਲੱਗਦਾ ਪਹਿਲੀ ਚਿੱਠੀ ਇਹ ਹੀ ਆ ਗਈ ਭਾਈ ਦੇਖ ਫਿਲਮਾਂ ਕਿਹਦੀਆਂ ਸਾਡੀਆਂ ਸਾਡੇ ਦੋ ਸਾਡੇ ਦੋਨਾਂ ਦੀਆਂ ਫਿਲਮਾਂ ਇੱਕ ਹੀ ਫਿਲਮ ਆਊਟ ਆਫ ਦ ਤੁਹਾਡੇ ਕੋਲ ਇੰਨੇ ਬੜੇ ਹਿੰਟ ਦੇਤੇ ਜੋੜੀ ਹੁਣ ਸਮਝਿਆ ਮੈਨੂੰ ਮੈਨੂੰ ਜੋੜੀ ਯਾਦ ਹੀ ਨਹੀਂ ਸੀ ਕਿਉਂਕਿ ਰਿਲੀਜ਼ ਨਹੀਂ ਹੋਈ ਤਾਂ ਦੇਖੋ ਓਕੇ ਜੀ ਅੱਗੇ ਚੱਲੀਏ ਸਾਡੇ
ਬੋਲਣਾ ਨਹੀਂ ਹੈ ਬਟ ਤੁਸੀਂ ਕਿਹਾ ਕੁਛ ਤੇ ਹੋਇਆ ਕੁਛ ਅੱਛਾ ਮਤਲਬ ਇੱਕ ਫਿਲਮ ਮੈਂ ਕਿਹਾ ਸੀ ਨਾ ਬਾਰਬੀ ਹੈ ਪਰ ਉਹ ਵੀ ਸੌਖੀ ਹੈ ਤੁਹਾਡੀ ਫਿਲਮ ਦੇ ਕਿਰਦਾਰ ਵੀ ਕੀ ਹੈ बंबू घाट शुक्र है चार टायर जे बनाते पूरा बंदा बनाएगी कान अख नक भी बनाने जरूरी है काला शाह काला देखा कि मिस्ट्री बस हम थोड़े चलेंगे किस्मत किस्मत बगा की बता मर गया एनी बार या दोनों नष्ट हो गए हीरो हीरोइन डिग्री नष्ट हो गए इन्ने कांटे इन्ने कांटे बनाते ओके कुछ और है की है यार किवें नहीं समझ आया देखो ओके ओके आपा फिर बनाने हैं ओके असि हारना नहीं एक तरीका है मेरे को इतना गंदा करता मैं आउट ऑफ 100 रेयां दा पिंड 100 सोंगर सोंगर हां आ बेलन सी ए ए ए बेल आ बेलन ना आ बेलन ना ਹੋ ਤੂੰ ਬਣਾ ਕੇ ਲੈ ਸੀ ਆ ਕੀ ਸੀ ਲੜਦੀਆਂ ਇਹ ਕਾਟੇ ਕੀ ਸੀ ਫਿਰ ਮੈਂ ਢਿਸ਼ਮ ਢਿਸ਼ਮ ਵੀ ਲਿਖਿਆ ਚਲੋ ਨਿਮਰਤ ਫਿਰ ਵੀ ਚਲੋ ਕਿੰਨਾ ਵਧੀਆ ਤਰੀਕਾ ਸੀ ਸਮਝਾਉਣ ਦਾ ਨਹੀਂ ਸੀ ਵਧੀਆ ਹੁਣ ਦੇਖੋ ਕਿੰਨੀ ਸੌਖਾ ਤੁਹਾਨੂੰ ਪਤਾ ਲੱਗ ਨਿਮਰਤ ਕੋ ਬੰਦੇ ਹੀ ਆ ਰਹੇ ਜਾਂਦਾ ਮੈਂ ਨਹੀਂ ਬਣਾਈ ਜਾ ਰਹੀ ਕੁੜੀ ਦੇ लाडी भाजी देखो ये तो हो चुकी है हो गया थोड़ी चिट्स पूरी हो गई है असि जित गए असि थोड़े तो जित गए ਗੇਮ
ਚੰਗਾ ਭਲਾ ਜਿੱਤ ਰਹੇ ਸੀ ਕਿਸਮਤ ਆ ਕੌਣ ਸਰਗੁਣ ਅਗਮੈਨਾ चार सौ किलोमीटर ਸਾਰਿਆਂ ਦਾ ਪਿੰਡ ਇੱਕ ਤਾਂ ਤੂੰ ਸਾਰਿਆਂ ਦਾ ਪਿੰਡ ਪਿੱਛੇ ਪੈ ਗਈ ਹੋਰ ਮੈਂ ਕੋਈ ਫਿਲਮ ਕੀਤੀ ਨਹੀਂ ਕੀਤੀ ਕਿਸਮਤ ਲਾ ਪੰਜਾਬ ਚਾਰ ਸੌ ਸਾਡੀ ਇੱਕ ਕਿਸਮਤ ਕੀ ਚੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਂਡਿਆ ਜਾਂਡਿਆ ਆਂਡਿਆ ਜਾਂਡਿਆ ਅੱਛਾ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੇ ਅੰਮ੍ਰਿਤਸਰ ਲਈ ਕੁਛ ਹੋਰ ਬਣਾਉਣਾ ਸੀ ਗੋਲਡਨ ਟੈਂਪਲ ਬਣਾਉਣ ਲੱਗ ਜਾ ਚੰਡੀਗੜ੍ਹ ਦਾ ਉਹ ਬਣਾਉਣਾ ਸੀ ਉਹ ਜਿਵੇਂ ਹਾਂ ਤੇ ਕਿੰਨੀ ਛੇਤੀ ਮੈਨੂੰ ਪਤਾ ਲੱਗਣਾ ਸੀ ਹੱਥ ਬਣਾਏ ਚਲ ਆਈ ਸੀ ਆਈਂਦਾ ਕੁਛ ਆਈਂਦਾ ਕੁਛ ਪਰ ਇੱਕ ਵਾਰੀ ਆਪਦਾ ਹੱਥ ਤਾਂ ਦਿਖਾ ਦੇ ਲੋਕਾਂ ਨੂੰ ਪਤਾ ਤਾਂ ਲੱਗ ਗਿਆ ਪਰ ਫਿਰ ਵੀ ਹੱਥ ਬਣਾਉਣਾ ਚਾਹੀਦਾ ਮੈਂ ਤੇ ਹੱਥ ਨੂੰ ਪ੍ਰੋਪਰ ਉਹ ਕਰ ਦਿੰਦੀ ਹਾਂ ਆਈ ਨਹੀਂ ਐਨੀ ਵਰਤ ਹੱਥ ਹੈ ਕਿਹੜਾ ਇਹਦੇ ਤੋਂ ਗੈਸ ਕਰ ਲੈਂਦੀ ਹੈ ਚੰਡੀਗੜ੍ਹ ਆਏ ਆਏ ਕਰਕੇ ਕੁਛ ਚੱਲ ਤੂੰ ਮੈਂ ਘਰ ਦੇ ਹੱਥੀ ਨੂੰ ਪਤ ਲਓ बहुत वधिया जा रहा जी ऑडियंस का रिस्पॉन्स देख के रात नूं नींद आ जांदी आ वरना वो भी नहीं होनी सी बट सब ठीक लग रहा रब की मेहर रहे सब ठीक रहे लास्ट सवाल ਤੁਸੀਂ ਬਹੁਤ ਵਾਰ ਗਾਉਂਦੇ ਹੋ ਨਾ ਆਫ ਕੈਮਰਾ ਗਾਉਂਦੇ ਰਹਿੰਦੇ ਹੋ ਆਫ ਔਨ ਔਨ ਵੀ ਗਾਉਂਦੇ ਸੌਂਗ ਕਨ ਸੌਂਗ ਦਾ ਟਾਈਟਲ ਟਰੈਕ ਕਿਉਂ ਨਹੀਂ ਗਾਇਆ ਇਹਨੇ ਮੈਨੂੰ ਐਕਚੁਅਲੀ ਇਹਨੇ ਸਭ ਤੋਂ ਜ਼ਿਆਦਾ ਫੋਰਸ ਕੀਤਾ ਸੀ ਕਹਿੰਦੇ ਤੁਸੀਂ ਕਿਉਂ ਨਹੀਂ ਗਾਇਆ ਪਰ ਐਮੀ ਨੇ ਨਹੀਂ ਗਾਉਣ ਦਿੱਤਾ ਮੈਨੂੰ ਕਿਉਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਗਾਣਾ ਚਾਹੀਦਾ ਸੀ ਐਮੀ ਐਕਚੁਅਲੀ ਐਮੀ ਥੋੜਾ ਜੈਲਸ ਵੀ ਫੀਲ ਕਰਦਾ ਨਾ ਉਹਨੂੰ ਐਂ ਵੀ ਲੱਗਦਾ ਹੋਣਾ ਕਿ ਕੰਪੀਟੀਟਰ ਹਾਂ ਕੰਪੀਟੀਟਰ ਬੰਦਾ ਜੇ ਮਤਲਬ ਕਹਿ ਲਓ ਕੱਲ ਨੂੰ ਉਹਦੇ ਟੂਰ ਲੱਗਣੇ ਤੇ ਲੋਕਾਂ ਨੇ ਕਹਿ ਦੇਣਾ ਕਿ ਐਮੀ ਦੇ ਨਹੀਂ ਸਰਗੁੰਦ ਲਵਾ ਦਿਓ ਪਰ ਬੰਦੇ ਨੂੰ ਹੁੰਦਾ ਯਾਰ ਕਿ ਮੈਂ ਵੀ ਤਾਂ ਸਿੰਗਰ ਸੀ ਤਾਂ ਕਰਕੇ ਉਹਨੇ ਸੁਣ ਲਿਆ ਮੈਨੂੰ ਜਿੱਤੀਆਂ ਮਾਂ ਐਸੋ ਬੈਲ ਸੌਂਗ ਕਨ ਸੌਂਗ ਦਾ ਟਾਈਟਲ ਟਰੈਕ ਤੋਂ ਬਿਨਾਂ ਤੇ ਅਸੀਂ ਜਾ ਹੀ ਨਹੀਂ ਸਕਦੇ ਤਾਂ ਵਿਦਾਈ ਨਹੀਂ ਲੈ ਸਕਦੇ ਪਰ ਸਰਗੁੰਦ ਜ਼ਰੂਰ ਨਾਲ ਸਰਗੁੰਦ ਗਾਣਗੇ ਸਾਰੇ ਹੀ ਗਾ ਦੇਣਗੇ ਚਲ ਨਹੀਂ ਚਲ ਨਾਲ ਗਾਣਗੇ ਮਾਹੀ ਮੇਰਾ ਭੋਲਾ ਗੱਲਾਂ ਮਿੱਠੀਆਂ 'ਚ ਆ ਗਿਆ ਟੱਬਰ ਸਾਡੇ ਨੂੰ ਤੇਰਾ ਜਾਦੂ ਟੂਣਾ ਖਾ ਗਿਆ ਨਹੀਂ ਤੂੰ ਹੋਣੀ ਬਾਬਿਆਂ ਦੇ ਧਾਗੇ ਇਕੱਠੇ ਕਰਦੀ ਮੈਂ ਤਾਂ ਕਿਸੇ ਸਾਧ ਦੀ ਮਕਾਨ ਵੀ ਨਹੀਂ ਚੜਦੀ ਮਕਾਨ ਕੋ ਜਾਏ ਬਸ ਬਸ ਇੰਨਾ ਨਹੀਂ ਝੂਠ ਬੋਲੀ ਤੂੰ ਕਰ ਲੈ ਸ਼ਰਮ ਨਹੀਂ ਕੁਫਰ ਤੋਲੀ ਦਾ ਜਿੱਦਾਂ ਮਾਰਦੇ ਛੜੱਪ ਡੱਡੂ ਟੱਪਦੀ ਤੂੰ ਹੌਂਕਣ ਸੌਂਕਣ ਸੌਂਕਣੇ ਸੌਂਕਣ ਸੌਂਕਣ ਚੱਪੜੀ ਚ ਪਾਣੀ ਲੈ ਕੇ ਡੁੱਬ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਮਾਰ ਤੂੰ ਬਈ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਆਪਣੀ ਅਦਾਵਾਂ ਨਾਲ ਥੀਏਟਰਸ ਦੇ ਵਿੱਚ 13 ਤਰੀਕ ਨੂੰ ਮਾਰਨ ਆ ਰਹੇ ਹੈ ਕਿਉਂਕਿ ਇਹ ਫਿਲਮ ਡੈਫੀਨੇਟਲੀ ਤੁਹਾਨੂੰ ਸਾਰਿਆਂ ਨੂੰ ਫੁੱਲ ਔਨ ਹਸਾਣ ਵਾਲੀ ਹੈ ਔਰ ਟਿੱਕੇ ਫੜ ਫੜ ਕੇ ਹੱਸਣਾ ਹੈ 13th ਮੇ ਨੂੰ ਦੇਖੋ ਸੌਂਕਣ ਸੌਂਕਣੇ ਸੌਂਕਣ ਸੌਂਕਣੇ ਸੌਂਕਣ ਸੌਂਕਣੇ ਸੌਂਕਣ ਸੌਂਕਣੇ ਸੌਂਕਣ ਔਰ ਜਿੰਨੀ ਤੁਹਾਡੇ ਦੋਨੋਂ ਚ ਐਨਰਜੀ ਅਸੀਂ ਇਸ ਫਿਲਮ ਦੇ ਵਿੱਚ ਦੇਖੀ ਹੈ ਨਾ ਔਰ ਵਿਵੇਸ਼ ਕੀ ਹੁਣ ਜਲਦੀ ਜੀ ਮੈਂ ਤਾਂ ਇੱਕ ਹੋਰ ਅਨਾਉਂਸਮੈਂਟ ਕਰੇਗਾ ਕਿ ਉਹਨੇ ਮਿਤ ਕਹਿ ਰਹਾ ਜੀ ਸਰ ਮੈਂ ਤਾਂ ਮੁੜ ਕੇ ਇਕੱਠੇ ਕਿਸੇ ਹੋਰ ਫਿਲਮ ਦੇ ਵਿੱਚ ਇੱਕ ਦੂਜੇ ਨਾਲ ਧੱਕੜ ਪਾਣ ਆ ਰਹੇ ਨੇ ਸੋ ਅਸੀਂ ਵੇਟ ਕਰਾਂਗੇ ਉਸ ਚੀਜ਼ ਦੇ ਲਈ ਥੈਂਕ ਯੂ ਜੀ ਔਰ ਥੈਂਕ ਯੂ ਸੋ ਮਚ ਆਪਣਾ ਵੈਲਿਊਬਲ ਟਾਈਮ ਦੇਣ ਦੇ ਲਈ ਸੋ ਬਈ ਸਾਰੇ ਜਣੇ ਨੂੰ 13 ਤਰੀਕ ਦੀ ਐਡਵਾਂਸ ਬੁਕਿੰਗ ਕਰਵਾ ਦਿਓ ਔਰ ਕੀ ਹੋ ਗਿਆ ਪਿਆਰੀ ਜੀ ਜੋੜੀ ਸੌਂਕਣ ਸੌਂਕੜੇ ਦੀ ਜਿਹੜੀ ਤੁਹਾਨੂੰ ਪਸੰਦ ਆ ਰਹੀ ਹੈ ਬਹੁਤ ਕੁਛ ਦੱਸਣ ਜਾ ਰਹੀ ਹੈ ਸੋ ਅੱਜ ਲਈ ਮੈਂ ਜੁੜੀ ਹੋ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਤੇ ਮੇਰਾ ਰੱਬ ਰੱਖਾ